ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਮਨਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਯੂਟਿਊਬ ਚੈਨਲ ਸਿੰਘ ਮਨਿੰਦਰ ਵਲੋਗ। ਦੋਸਤੋ, ਅੱਜ ਹੈ ਸੰਡੇ ਅਤੇ ਸੰਡੇ 'ਤੇ ਅੱਜ ਮੇਰੀ ਆਈ ਹੋਈ ਹੈ ਸਿਸਟਰ। ਅੱਜ ਅਸੀਂ ਬੱਚਿਆਂ ਨਾਲ ਜਾ ਰਹੇ ਹਾਂ ਪਿਕਨਿਕ ਨਾਲ ਹਿਮਾਚਲ ਵਿੱਚ। ਅਤੇ ਹਿਮਾਚਲ ਦੇ ਵਿੱਚ ਕੋਈ ਸਪੈਸੀਫਿਕ ਲੋਕੇਸ਼ਨ ਨਹੀਂ ਹੈਗੀ, ਸਿੱਧਾ ਅਸੀਂ ਜਾਵਾਂਗੇ। ਜਿਹੜੀ ਵੀ ਸਾਨੂੰ ਲੋਕੇਸ਼ਨ ਵਧੀਆ ਲੱਗੀ ਅਸੀਂ ਉੱਥੇ ਹੀ ਸਟੇਅ ਕਰ ਲਾਂਗੇ ਐਜ਼ ਏ ਪਿਕਨਿਕ। ਦੋ ਚਾਰ ਘੰਟੇ ਉੱਥੇ ਪਿਕਨਿਕ ਮਨਾਵਾਂਗੇ। ਅਤੇ ਅੱਜ ਦੀ ਵੀਡੀਓ ਤੁਹਾਡੇ ਨਾਲ ਜਿਹੜੀ ਹੈਗੀ ਹੈ ਅਨਦਰ ਪਿਕਨਿਕ ਵਲੋਗ ਹੈਗਾ ਸਾਡਾ। ਅਤੇ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਦੋਸਤੋ, ਹੁਣ ਅਸੀਂ ਰੈਡੀ ਹਾਂ। ਯੈਸ, ਬੱਚਾ ਪਾਰਟੀ ਸਾਰੀ ਰੈਡੀ ਹੈ, ਸਾਰੇ ਰੈਡੀ ਹੋ ਚੁੱਕੇ ਹੈ। ਐ ਦੇਖੋ ਸਾਡੀ ਸੀਰੂ, ਸੀਰਤ ਹੈਲੋ ਕਰੋ, ਹੈਲੋ। ਅਤੇ ਨਿਕਲੀਏ ਹੁਣ। ਹਾਂਜੀ ਦੋਸਤੋ, ਅਤੇ ਅਸੀਂ ਹੁਣ ਰੈਡੀ ਹਾਂ, ਬੈਠ ਚੁੱਕੇ ਹਾਂ ਆਪਣੀ ਗੱਡੀ ਵਿੱਚ। ਦੇਖੋ ਗੱਡੀ ਪੂਰੀ ਫੁੱਲ ਭਰੀ ਦੀ ਹੈ, ਪਿੱਛੇ ਚਿੰਗਰ ਬੋਰਡ ਦੇਖੋ ਤੁਸੀਂ, ਚੈੱਕ ਕਰੋ ਫੁੱਲ ਤੋਂ ਵੀ ਉੱਤੇ ਭਰੀ ਦੀ ਹੈ। ਦੋਸਤੋ, ਅਸੀਂ ਪਹੁੰਚ ਗਏ ਆਪਣੇ ਪਿਕਨਿਕ ਸਪੋਟ 'ਤੇ ਫੈਮਲੀ ਨਾਲ। ਹੁਣ ਕੋਈ ਜਗ੍ਹਾ ਲੱਭ ਰਹੇ ਹਾਂ ਬੈਠਣ ਦੀ। ਅੱਜ ਸਭ ਬਹੁਤ ਜ਼ਿਆਦਾ ਰਸ਼ ਹੈ, ਇੰਨਾ ਰਸ਼ ਆ ਸੀ ਅੱਜ ਤੱਕ ਨਹੀਂ ਇਸ ਜਗ੍ਹਾ 'ਤੇ ਦੇਖਿਆ। ਗਰਮੀ ਵੀ ਬਹੁਤ ਹੈ, ਗਰਮੀ ਬਹੁਤ ਹੈ, ਹੱਦ ਤੋਂ ਜ਼ਿਆਦਾ ਗਰਮੀ। ਚਲੋ ਚਲੋ ਚਲੋ, ਆਰਾਮ ਨਾਲ ਉੱਧਰ ਪੈਰ ਚੁੱਕ ਕੇ। ਦੋਸਤੋ, ਪਿਕਨਿਕ ਸਪੋਟ 'ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੰਖਿਆ ਵਿੱਚ ਲੋਕ ਆਏ ਹੋਏ ਨੇ। ਗੱਡੀਆਂ ਦੇ ਨਾਲ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀਆਂ ਫੈਮਲੀਜ਼ ਇੱਥੇ ਆਈਆਂ ਹੋਈਆਂ ਨੇ। ਅੱਜ ਹੈ ਵੀ ਸੰਡੇ ਅਤੇ ਲੋਕਡਾਊਨ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਖੁੱਲ੍ਹ ਚੁੱਕਿਆ, ਲੋਕਾਂ ਨੇ ਸ਼ੁਕਰ ਕੀਤਾ ਲੋਕਡਾਊਨ ਖੁੱਲ੍ਹਿਆ, ਘੁੰਮਣ ਫਿਰਨ ਦੀ ਜਗ੍ਹਾ ਮਿਲੀ ਹੈ। ਦੇਖੋ ਬਹੁਤ ਸ਼ਾਨਦਾਰ, ਮਜ਼ਾ ਹੀ ਮਜ਼ਾ। ਆਪਣੀ ਫੈਮਲੀ ਚੈੱਕ ਕਰ ਲਓ, ਹੁਣ ਇੱਥੇ ਬਹਿ ਗਈ ਹੈ। ਬਸ ਬੈਠਦੇ ਹੀ ਖਾਣ ਪੀਣ ਦਾ ਪ੍ਰੋਗਰਾਮ ਸਟਾਰਟ ਹੈ। ਬਹੁਤ ਮੌਸਮ ਜ਼ਿਆਦਾ ਗਰਮੀ ਵੀ ਨਹੀਂ ਹੈ ਅਤੇ ਠੰਡ ਠੀਕ ਵੀ ਨਹੀਂ ਹੈ, ਯਾਨੀ ਕਿ ਮਿਕਸ ਮੌਸਮ ਹੈਗਾ। ਹਾਂਜੀ ਹਾਂਜੀ ਦੋਸਤੋ, ਇਹ ਦੇਖੋ ਖਾਣ ਪੀਣ ਦਾ ਇੰਤਜ਼ਾਮ ਸਾਡਾ ਸਟਾਰਟ ਹੋ ਚੁੱਕਿਆ। ਇੰਜੋਏ ਕਰੋ, ਇੰਜੋਏ, ਪਹਿਲੇ ਖਾ ਪੀ ਲਓ ਫਿਰ ਇੱਧਰ ਘੁੰਮ ਲਾਂਗੇ, ਫੋਟੋਜ਼ ਵਗੈਰਾ ਫਿਰ ਖਿਚਾ ਲਾਂਗੇ। ਰਾਜਵੀਰ, ਆਈਓ ਤੇ ਆਨੰਦ ਲਈਓ। ਗਰਮੀ ਹੋਣ ਕਰਕੇ ਅਸੀਂ ਇੱਥੋਂ ਦੀ ਲੋਕੇਸ਼ਨ ਆਪਣੀ ਚੇਂਜ ਕਰ ਰਹੇ ਹਾਂ। ਹੁਣ ਬੱਚੇ ਇੱਥੇ ਝੂੜੇ ਲੈ ਰਹੇ ਆ, ਉੱਥੇ ਜਾ ਰਹੇ ਹਾਂ ਅਸੀਂ। ਬੱਚੇ ਇੰਜੋਏ ਕਰ ਰਹੇ ਆ ਆਪਣਾ ਪਿਕਨਿਕ ਸਪੋਟ 'ਚ। ਰਾਜਵੀਰ ਜੰਪ, ਸਿੰਗਰ
ਪਿੱਛੇ ਕੈਬ ਲੱਗੀ ਹੋਈ ਆ ਇੱਥੋਂ ਦੀ ਅਸੀਂ ਖਾਣ ਪੀਣ ਦਾ ਆਪਣਾ ਪਿਕਨਿਕ ਲਈ ਸਮਾਨ ਲੈ ਲਿਆ ਕਿਉਂਕਿ ਅਸੀਂ ਘਰੋਂ ਕੁਛ ਵੀ ਨਹੀਂ ਲੈ ਕੇ ਅੱਜ ਥੋੜ੍ਹਾ ਬਹੁਤ ਲਿਆਉਂਦਾ ਸੀਗਾ ਕੋਲਡ ਡਰਿੰਕ ਜਾਂ ਲੇਸ ਵਗੈਰਾ ਗਰਮੀ ਲੱਗ ਰਹੀ ਹੈ ਬਹੁਤ ਦੋਸਤੋ ਇੱਥੇ ਪਿਕਨਿਕ 'ਤੇ ਹੋ ਗਿਆ ਟਿੰਸੀ ਦਾ ਬੁਰਾ ਹਾਲ ਬਹੁਤ ਬੁਰਾ ਹਾਲ ਹੋ ਗਿਆ ਤਬੀਅਤ ਖਰਾਬ ਹੋਣ ਦੀ ਜਿਹੜਾ ਸਾਡਾ ਇੰਜੋਏ ਹੈਗਾ ਹੁਣ ਥੋੜ੍ਹਾ ਜਿਹਾ ਮਜ਼ਾ ਖਰਾਬ ਹੋਣ ਦਾ ਨਜ਼ਰ ਆ ਰਿਹਾ ਇਹਦਾ ਰੀਜ਼ਨ ਇਹ ਹੈ ਕਿ ਬਹੁਤ ਜ਼ਿਆਦਾ ਗਰਮੀ ਅਤੇ ਬਹੁਤ ਗਰਮੀ ਮਜ਼ਾ ਜ਼ਰੂਰ ਆ ਰਿਹਾ ਸੀਗਾ ਬਸ ਹੁਣ ਘਰ ਜਾਣ ਦੀ ਤਿਆਰੀ ਕਰ ਰਹੇ ਹਾਂ ਤਬੀਅਤ ਤਾਂ ਸਾਰਿਆਂ ਬੱਚਿਆਂ ਦੀ ਖਰਾਬ ਇਹ ਮਜ਼ੇ ਕਰਨ ਅਤੇ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਲਾਈਕ ਕਰਿਓ।